ਜੇ ਇਸ ਵੇਲੇ ਇਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਕੋਲ ਪਹੁੰਚੇ ਆ ਡੀਜੀਪੀ ਨੇ, ਔਰ ਹਾਲਾਂਕਿ ਮਈ ਦੇ ਵਿੱਚ ਰਿਟਾਇਰ ਹੋਣਾ ਸੀ, ਇੱਕ ਮਹੀਨਾ ਪਹਿਲਾਂ VRS ਕਿਉਂ ਲਿੱਤੀ ਗਈ? ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿਉਂਕਿ ਚੁਣਾਵੀ ਮੌਸਮ ਹੈ, ਔਰ ਚੁਣਾਵੀ ਮੌਸਮ ਦੇ ਵਿੱਚ ਜਦੋਂ ਪਿਛਲੇ ਦਿਨਾਂ 'ਚ ਅਸੀਂ ਬਠਿੰਡਾ 'ਚ ਦੇਖਿਆ ਕਿ ਕਈ ਮਹਿਲਾ IAS ਜਿਹੜੇ ਨੇ ਉਹ ਬੀਜੇਪੀ ਦੀ ਟਿਕਟ ਤੋਂ ਚੋਣ ਲੜੇ, ਤਾਂ ਮਾਇਨੇ ਸਮਝ ਲੈਂਦੇ ਹਾਂ ਢਿੱਲੋਂ ਸਾਹਿਬ, ਮਾਇਨੇ ਸਮਝਣ ਦੀ ਕੋਸ਼ਿਸ਼ ਲਈ ਤੁਹਾਡੇ ਕੋਲ ਆਏ ਹਾਂ। ਤੁਸੀਂ ਕਿਹਾ ਕਿ ਪਿੰਜਰੇ ਤੋਂ ਮੈਂ ਆਜ਼ਾਦ ਹੋ ਗਿਆ, ਅਜਿਹਾ ਕਿਹੜਾ ਪਿੰਜਰਾ ਸੀਗਾ ਜਿਹੜਾ ਇੱਕ ਮਹੀਨਾ ਪਹਿਲਾਂ ਤੁਹਾਨੂੰ ਲੱਗਾ ਕਿ ਤੁਸੀਂ ਕੈਦ ਸੀਗੇ ਪਿੰਜਰੇ ਦੇ ਵਿੱਚ? ਤੁਹਾਡੇ ਕੋਲ ਤਾਂ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੀਗੀ, ਤੁਸੀਂ ਲੋਕਾਂ ਨੂੰ ਕੈਦ ਕਰਨਾ ਸੀ, ਤੁਸੀਂ ਖੁਦ ਪਿੰਜਰੇ 'ਚ ਘੁੱਟਣ ਮਹਿਸੂਸ ਕਰ ਰਹੇ ਸੀ ਜਾਂ ਪਿੰਜਰੇ 'ਚ ਕੈਦ ਮਹਿਸੂਸ ਕਰ ਰਹੇ ਸੀ? ਦੇਖੋ, ਪਹਿਲਾਂ ਗੱਲ ਇਹ ਹੈ ਕਿ ਐਸ ਪੁਲਿਸ ਅਫਸਰ, ਐਸ ADG ਲਾਅ ਐਂਡ ਆਰਡਰ, ਲੋਕਾਂ ਨੂੰ ਬੰਦ ਕਰਨ 'ਚ ਕੋਈ ਅਧਿਕਾਰ ਰਾਈਟ ਨਹੀਂ ਹੈ। ਸਿਰਫ ਜਿਹੜਾ ਕੋਈ ਕ੍ਰਿਮੀਨਲ ਆ, ਜਿਹੜਾ ਕੋਈ ਐਂਟੀ ਨੈਸ਼ਨਲ ਹੈ, ਐਂਟੀ ਸੋਸ਼ਲ ਆ, ਉਹਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਆ, ਜਨਰਲ ਪਬਲਿਕ ਨੂੰ ਕੋਈ ਕਰ ਨਹੀਂ। ਰਹੀ ਗੱਲ, ਮੈਂ ਜਿਹੜਾ ਆਪਣੇ ਆਪ ਨੂੰ ਅਨਕੇਜਡ ਵਰਡ ਯੂਜ਼ ਕੀਤਾ ਆਪਣੇ ਟਵੀਟ 'ਤੇ, ਜਿਹਦੇ ਤੋਂ ਤੁਸੀਂ ਸਾਰੇ ਪੁੱਛ ਰਹੇ ਹੋ, ਵੈਰੀ ਗੁੱਡ, ਮੋਸਟ ਵੈਲਕਮ। ਪੁਲਿਸ ਦੀ ਜੋਬ ਜਿਹੜੀ ਆ ਉਹ ਇੱਕ ਦਾਇਰੇ 'ਚ, ਕਾਇਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨੀ ਪੈਂਦੀ ਹੈ। ਵਰਦੀ ਦਾ ਇੱਕ ਲਿਮਿਟ ਆ ਕਿ ਤੁਸੀਂ ਕਿੰਨਾ ਬੋਲ ਸਕਦੇ ਹੋ, ਕਿਵੇਂ ਵਿਚਰ ਸਕਦੇ ਹੋ, ਕਿਵੇਂ ਡੀਲ ਕਰ ਸਕਦੇ ਹੋ, ਉਹ ਦਾਇਰਾ ਇੱਕ ਬੜਾ ਸੀਮਿਤ ਹੁੰਦਾ। ਈਵਨ ਸਾਡੇ ਕੋਲੋਂ ਬਤੌਰ ਪੁਲਿਸ ਅਫਸਰ ਬੋਲਣ ਦਾ, ਸਪੀਚ ਦਾ ਅਧਿਕਾਰ ਨਹੀਂ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਦੀ 30 ਸਾਲ ਤੋਂ ਜ਼ਿਆਦਾ ਦੀ ਸਰਵਿਸ ਦੇ ਵਿੱਚ ਬਹੁਤ ਸਾਰੀ ਇਹੋ ਜਿਹੀਆਂ ਡਿਊਟੀਜ਼ ਕੀਤੀਆਂ ਹੋਣਗੀਆਂ ਜਿਹੜੀ ਤੁਹਾਡੀ ਮਾਨਸਿਕਤਾ ਦੇ, ਤੁਹਾਡੀ ਥੋਟ ਪ੍ਰੋਸੈਸ ਦੇ ਅਗੇਂਸਟ ਹੁੰਦੀ ਸੀ, ਲੇਕਿਨ ਤੁਸੀਂ ਬਤੌਰ ਪੁਲਿਸ ਅਫਸਰ ਟੀਮ ਦੀ ਬਿਹਤਰੀ ਵਾਸਤੇ, ਲਾਅ ਐਂਡ ਆਰਡਰ, ਇੰਟਰਨਲ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ, ਮੈਂ ਅੱਤਵਾਦੀ ਲੜਾਈ ਕੀਤੀ ਆ, ਅੱਤਵਾਦੀਆਂ ਦੇ ਖਿਲਾਫ ਲੜਿਆ ਆ, ਇਸ ਕਰਕੇ ਉਹ ਜਿਹੜਾ ਦਾਇਰਾ ਆ ਉਸ ਦਾਇਰੇ ਤੋਂ ਬਾਹਰ ਆਇਆ ਆ, ਹੁਣ ਮੈਂ ਬੋਲ ਸਕਦਾ ਹਾਂ, ਆਪਣੇ ਕਾਮਨ ਮੈਨ ਦੇ ਤੌਰ 'ਤੇ ਲੋਕਾਂ 'ਚ ਵਿਚਰ ਸਕਦਾ ਹਾਂ, ਔਰ ਇੱਕ ਕਾਮਨ ਮੈਨ ਦੇ ਤੌਰ 'ਤੇ ਰਹੂੰਗਾ। ਉਹ ਜਿਹੜਾ ਦਾਇਰਾ ਆ ਉਸ ਦਾਇਰੇ ਤੋਂ ਬਾਅਦ ਆਉਣ ਕਰਕੇ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਸ਼ਿਕੰਜੇ 'ਚੋਂ, ਪਿੰਜਰੇ 'ਚੋਂ, ਦਾਇਰੇ 'ਚੋਂ ਅਨਕੇਜ ਹੋਇਆ। ਤੁਸੀਂ ਕਿਹਾ ਕਿ ਪਿੰਜਰੇ ਤੋਂ ਆਜ਼ਾਦ ਹੋ ਗਏ, ਹੁਣ ਦਾਇਰਾ ਤੁਹਾਡਾ ਸੀਮਤ ਸੀਗਾ ਉਹ ਖਤਮ ਹੋ ਗਿਆ, ਹੁਣ ਦਾਇਰਾ ਕੀ ਸਿਆਸੀ ਪਾਰਟੀ ਵਾਲੇ ਪਾਸੇ ਵੀ ਜਾ ਸਕਦਾ? ਚੁਣਾਵੀ ਮੌਸਮ ਹੈ, ਹੋ ਸਕਦਾ ਹੈ ਕਿ ਤੁਹਾਨੂੰ ਅਗਲੀ ਇਨਿੰਗ ਜਿਹੜੀ ਹੈ ਤੁਹਾਡੀ ਸਿਆਸਤ ਵਾਲੇ ਪਾਸੇ ਦੇਖਿਆ ਜਾਵੇ, ਤੁਸੀਂ ਸਮਾਜ ਸੇਵਾ ਦੇ ਤੌਰ 'ਤੇ ਖੁੱਲ੍ਹ ਕੇ ਕੰਮ ਕਰ ਸਕੋ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਤਾਂ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਵੋ? ਦੇਖੋ ਇੰਜੇ ਆ, ਮੈਂ ਸਿਆਸੀ ਪਾਰਟੀ 'ਚ ਸਿਆਸਤ ਆਉਣ ਬਾਰੇ, ਮੇਰੀ ਈਵਨ ਵੋਲੰਟਰੀ ਰਿਟਾਇਰਮੈਂਟ ਦਾ ਮੇਰੀ ਵਾਈਫ ਨੂੰ ਅਤੇ ਮੇਰੇ ਤੋਂ ਬਿਨਾਂ ਨਾ ਕਿਸੇ ਮੇਰੇ ਬੱਚਿਆਂ ਨੂੰ ਪਤਾ ਹੈ, ਨਾ ਕਿਸੇ ਰਿਸ਼ਤੇਦਾਰ ਨੂੰ, ਨਾ ਭੈਣ ਨੂੰ, ਨਾ ਭਰਾ ਨੂੰ, ਕਿਸੇ ਨੂੰ ਨਹੀਂ ਪਤਾ। ਇਲੈਕਸ਼ਨ ਅਤੇ ਪੋਲੀਟੀਕਲ ਫੀਲਡ 'ਚ ਜੁਆਇਨ ਕਰਨ ਵਾਸਤੇ ਇੱਕ ਬਹੁਤ ਵੱਡਾ ਫੈਸਲਾ ਲੈਣਾ ਹੁੰਦਾ ਹੈ, ਉਸ ਬਾਰੇ ਮੈਂ ਵਿਚਾਰਿਆ ਨਹੀਂ ਆ, ਡਿਸਕਸ ਨਹੀਂ ਕੀਤਾ, ਠੀਕ ਹੈ। ਔਰ ਮੇਰਾ ਇਹ ਕਹਿਣਾ ਕਿ ਮੈਂ ਰਾਜਨੀਤੀ ਜੁਆਇਨ ਕਰ ਰਿਹਾ, ਇਹ ਗੈਰ ਵਾਜਬ ਹੋਏਗਾ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ 34 ਸਾਲ ਦੇ ਵਿੱਚ ਜੋ ਪੁਲਿਸ 'ਚ ਰਹਿ ਕੇ ਸਿੱਖਿਆ, ਇੱਕ ਪੁਲਿਸ ਅਫਸਰ ਮੈਂ ਇਕੱਲਾ ਨਹੀਂ, ਮੈਂ ਇੱਕ ਕੌਂਸਟੇਬਲ ਤੋਂ ਵੀ ਸਿੱਖਿਆ, ਹੈੱਡ ਕੌਂਸਟੇਬਲ ਤੋਂ ਵੀ ਸਿੱਖਿਆ, ਹਰ ਇੱਕ ਰੈਂਕ ਤੋਂ ਸਿੱਖਿਆ, ਕ੍ਰਿਮੀਨਲਸ ਨੂੰ ਡੀਲ ਕੀਤਾ, ਚੰਗੇ ਬੰਦਿਆਂ ਨੂੰ ਮਿਲਿਆ, ਅਗਲੇ ਦੀ ਮਾਨਸਿਕਤਾ ਨੂੰ ਸਮਝਦਾ ਆ, ਡੈਮੋਗ੍ਰਾਫੀ ਨੂੰ ਸਮਝਦਾ ਆ, ਉਸ ਤਜਰਬੇ ਨੂੰ ਮੈਂ ਕਿਸੇ ਵਾਸਤੇ ਅਸਿਸਟ ਕਰਕੇ ਨੇਸ਼ਨ ਵਾਸਤੇ, ਸਟੇਟ ਵਾਸਤੇ, ਪੁਲਿਸ ਵਾਸਤੇ, ਵੈਲਫੇਅਰ ਵਾਸਤੇ, ਕੋਈ ਸੋਸ਼ਲ ਵੈਲਫੇਅਰ ਵਾਸਤੇ, ਕਿਸੇ ਸਪੋਰਟਸ ਪਰਸਨ ਲਈ, ਐਗਰੀਕਲਚਰ ਲਈ, ਕਿਸੇ ਲਈ ਵੀ ਵਰਤ ਸਕਦਾ ਹਾਂ।
ਤੇ ਮੈਂ ਜਿੰਨੀ ਮੇਰੀ ਜ਼ਿੰਦਗੀ ਰਹਿ ਗਈ ਆ ਉਹ ਜ਼ਿੰਦਗੀ ਨੂੰ ਉਸ ਪਰਮਾਤਮਾ ਦੇ ਹੁਕਮ ਮੁਤਾਬਕ ਵਰਤਣ 'ਚ ਕੋਈ ਗਰੇਜ਼ ਨਹੀਂ ਕਰੂੰਗਾ। ਲੇਕਿਨ ਜਦੋਂ ਮੈਂ ਪੁਲਿਸ 'ਚ ਆਇਆ ਸੀ ਉਦੋਂ ਵੀ ਵਾਹਿਗੁਰੂ ਦੇ ਹੁਕਮ ਨਾਲ ਆਇਆ ਸੀ, ਮੈਂ ਛੱਡਿਆ ਵੀ ਪਰਮਾਤਮਾ ਦੇ ਹੁਕਮ ਨਾਲ ਛੱਡਿਆ। ਔਰ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਜਿੱਥੇ ਲਿਖਿਆ ਹੋਏਗਾ ਉਹ ਮੌਕਾ ਮਿਲੇਗਾ, ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ। ਸਰ ਜੇਕਰ ਮੈਂ ਹਾਂ ਜਾਂ ਨਾ 'ਚ ਪੁੱਛਾਂ ਕਿ ਸਿਆਸਤ 'ਚ ਐਂਟਰੀ ਢਿੱਲੋਂ ਹੋਰਾਂ ਦੀ ਹੋਏਗੀ ਜਾਂ ਨਹੀਂ ਹੋਏਗੀ, ਜਾਂ ਤੁਹਾਨੂੰ ਲੱਗਦਾ ਹੈ ਕਿ ਆਪਣੇ ਸਾਰੇ ਸਰਕਲ ਦੇ ਵਿੱਚ ਵਿਚਾਰ ਕਰਕੇ ਫਿਰ ਫੈਸਲਾ ਲਓਗੇ ਕਿ ਐਂਟਰੀ ਕਰਨੀ ਜਾਂ ਨਹੀਂ ਕਰਨੀ? ਮੈਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਕਿ ਮੈਂ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਸ਼ਾਮਿਲ ਹੋ ਕੇ ਇਲੈਕਸ਼ਨ ਲੜਨੀ ਆ ਜਾਂ ਕੁਛ ਇਹੋ ਜਿਹਾ ਕਰਨਾ। ਕਿਉਂ? ਕਿਉਂਕਿ ਇਹਦੇ ਲਈ ਸੋਚ ਵਿਚਾਰ ਦੀ ਜ਼ਰੂਰਤ ਆ। ਜਿੱਥੇ ਵੀ ਆਪਣੇ ਦੇਖੋ, ਮੈਂ ਅੱਗੇ ਵੀ ਕਿਹਾ ਕਿ 34 ਸਾਲ ਦਾ ਪੁਲਿਸ ਦਾ ਤਜਰਬਾ 5 PhDs ਦੇ ਬਰਾਬਰ ਆ। ਜੋ ਪੁਲਿਸ ਅਫਸਰ ਹਾਸਲ ਕਰਦਾ ਤਜਰਬਾ ਉਹ ਕੋਈ ਹੋਰ ਸਰਵਿਸ 'ਚ ਨਹੀਂ ਹੋ ਸਕਦਾ। ਕਿਸੇ ਪਾਰਟੀ ਨੇ ਪਿਛਲੇ ਸਮੇਂ 'ਚ ਕੋਈ ਸੰਪਰਕ ਕੀਤਾ ਸੀ ਤੁਹਾਡੇ ਨਾਲ ਕਿ ਠੀਕ ਹੈ ਤੁਹਾਡੀ ਡਿਊਟੀ ਬੜੀ ਸਖਤ ਹੈ, ਬੜੀ ਜ਼ਿੰਮੇਵਾਰੀ ਹੈ, ਔਰ ਹੁਣ ਤੁਸੀਂ ਡਿਊਟੀ ਜਿਹੜੀ ਹੈ ਦੇਸ਼ ਲਈ ਕਰਨੀ ਹੈ, ਸੂਬੇ ਲਈ ਕਰਨੀ ਹੈ ਆਪਣੇ, ਤਾਂ ਤੁਸੀਂ ਪਾਰਟੀ ਦੇ ਨਾਲ ਜੁੜੋ? ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਜੀ ਕੋਈ ਗੱਲ ਨਹੀਂ ਹੈ ਕਿ ਮੈਂ ਕੋਈ ਡਿਸਕਸ਼ਨ ਕੀਤੀ, ਮੈਂ ਕਿਤੇ ਜਾਣਾ ਚਾਹੁੰਦਾ ਜਾਂ ਮੈਂ ਇਸ ਦਾਇਰੇ ਬਾਰੇ ਸੋਚਿਆ। ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਆਪਣੀਆਂ ਭੈਣਾਂ ਨਾਲ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਮੇਰੇ ਕੋਲੋਂ ਅਮੈਰੀਕਾ ਜਾਣ ਦਾ ਵੀ ਤਰੀਕਾ ਆ, ਮੇਰੀ ਅਮੈਰੀਕਨ ਸਿਟੀਜ਼ਨਸ਼ਿਪ ਮਿਲ ਸਕਦੀ ਆ, ਮੇਰੇ ਪਰਿਵਾਰ ਦੀ ਵਾਈਫ ਮੇਰੀ ਅਮੈਰੀਕਨ ਸਿਟੀਜ਼ਨ ਹੈ, ਮੈਂ ਬੱਚੇ ਮੇਰੇ ਬਾਹਰ ਰਹਿੰਦੇ ਨੇ, ਐਗਰੀਕਲਚਰ ਮੇਰੇ ਕੋਲ ਪਟਿਆਲਾ ਫੈਮਿਲੀ ਦਾ ਫਾਰਮ ਹੈ, ਗੁਰਦਾਸਪੁਰ ਫੈਮਿਲੀ ਦਾ ਫਾਰਮ ਹੈ, ਇਸ ਤੋਂ ਇਲਾਵਾ ਮੈਂ ਪੜ੍ਹਦਾ ਹਾਂ, ਮੈਨੂੰ ਪੜ੍ਹਨ ਦਾ ਸ਼ੌਕ ਹੈ, ਮੈਂ ਸਾਰੀ ਹਿਸਟਰੀ ਚੰਗੇਜ਼ ਖਾਨ ਤੋਂ ਲੈ ਕੇ ਅਤੇ ਬ੍ਰਿਟਿਸ਼ ਇੰਡੀਆ ਤੱਕ ਦੀ ਹਿਸਟਰੀ 'ਚ ਮੈਨੂੰ ਇੰਝ ਲੱਗਦਾ ਮੈਂ ਨਾਲ ਚੱਲਿਆ ਹਾਂ। ਕਿਸੇ ਤਰੀਕੇ ਨਾਲ ਵੀ ਮੈਂ ਆਪਣੀ ਨੌਲੇਜ ਨੂੰ, ਆਪਣੇ ਤਜਰਬੇ ਨੂੰ, ਰਹਿੰਦੀ ਜਿਹੜੀ ਜ਼ਿੰਦਗੀ ਹੈ ਉਹ 2 ਸਾਲ ਆ, 10 ਸਾਲ ਆ, 25 ਸਾਲ ਆ, ਵਾਹਿਗੁਰੂ ਦੀ ਹੁਕਮ ਦੇ ਮੁਤਾਬਕ ਜਿੱਥੇ ਵੀ ਡਿਊਟੀ ਨਿਭਾ ਸਕੂੰਗਾ, ਸੇਵਾ ਦੇਸ਼ ਕੌਮ ਦੀ ਕਰ ਸਕੂੰ, ਮੈਂ ਕਰਨ ਲਈ ਤਿਆਰ। ਤੁਸੀਂ ਕਿਹਾ ਕਿ ਕਈ ਵਾਰ ਪੁਲਿਸ ਦੇ ਵਿੱਚ ਅਜਿਹੇ ਫੈਸਲੇ ਵੀ ਲੈਣੇ ਪਏ ਜਿਹੜੇ ਤੁਹਾਡੇ ਦਿਲ ਨੂੰ ਮਨਜ਼ੂਰ ਨਹੀਂ ਸੀਗੇ, ਲੇਕਿਨ ਉਸ ਵੇਲੇ ਟੀਮ ਨੂੰ ਧਿਆਨ 'ਚ ਰੱਖ ਕੇ, ਜਾਂ ਉਹ ਫੈਸਲੇ ਕਦੋਂ ਦੇ ਫੈਸਲੇ ਸੀਗੇ? 2022 ਤੋਂ ਪਹਿਲਾਂ ਦੇ ਸੀ, 2022 ਤੋਂ ਬਾਅਦ ਦੇ ਸੀਗੇ, ਕਦੋਂ ਦੇ ਉਹ ਫੈਸਲੇ ਸੀ? ਔਰ ਕੋਈ ਫੈਸਲਾ ਅਗਰ ਤੁਸੀਂ ਸਾਂਝਾ ਕਰਨਾ ਚਾਹੋ ਕਿ ਇਹ ਤੁਹਾਨੂੰ ਲੱਗਾ ਕਿ ਤੁਸੀਂ ਗਲਤ ਕੀਤਾ, ਇਹ ਕਰਨਾ ਨਹੀਂ ਚਾਹੀਦਾ ਸੀ, ਤੁਹਾਡੇ ਦਿਲ ਨੇ ਮਨਾ ਕੀਤਾ ਲੇਕਿਨ ਦਿਮਾਗ ਨੇ ਕਿਹਾ ਕਿ ਨਹੀਂ ਡਿਊਟੀ ਇਹ ਕਰਨੀ ਪੈਗੀ? ਦੇਖੋ, ਕੋਈ 22 ਦੀ ਗੱਲ ਨਹੀਂ ਆ, ਕੋਈ 23 ਦੀ ਗੱਲ ਨਹੀਂ ਆ, ਕੋਈ 24 ਦੀ ਗੱਲ ਨਹੀਂ ਆ। ਤਹਿ ਜ਼ਿੰਦਗੀ ਪੁਲਿਸਿੰਗ ਦੀ ਸਰਵਿਸ ਦੇ ਦੌਰਾਨ ਤੁਸੀਂ ਬਹੁਤ ਸਾਰੇ ਫੈਸਲੇ ਆਪਣੇ ਵੱਲੋਂ ਲਏ ਜਾਂ ਸੀਨੀਅਰਸ ਵੱਲੋਂ ਲਏ ਜਾਂ ਟੀਮ ਦੀ ਬਿਹਤਰੀ ਵਾਸਤੇ ਲਏ। ਕਈ ਵਾਰੀ ਤੁਹਾਡੀ ਮਾਨਸਿਕ ਸੋਚ ਨਾਲ ਮੇਲ ਨਹੀਂ ਖਾਂਦਾ, ਲੇਕਿਨ ਇੰਟਰਨਲ ਸਿਕਿਉਰਿਟੀ ਵਾਸਤੇ, ਸਟੇਟ ਦੀ ਬਿਹਤਰੀ ਵਾਸਤੇ, ਨੇਸ਼ਨ ਦੀ ਬਿਹਤਰੀ ਵਾਸਤੇ ਕਰਨੇ ਪੈਂਦੇ ਨੇ, ਲੇਕਿਨ ਉਹਨਾਂ 'ਚ ਮੈਨੂੰ ਕੋਈ ਇਹ ਮਹਿਸੂਸ ਨਹੀਂ ਹੈ ਕਿ ਉਹ ਕੋਈ ਗਲਤ ਫੈਸਲੇ ਹੋਣਗੇ। ਇਹ ਜ਼ਰੂਰ ਹੁੰਦਾ ਹੈ ਕਿ ਤੁਸੀਂ ਜਦੋਂ ਫੈਸਲੇ ਲੈਂਦੇ ਹੋ, ਤੁਸੀਂ ਕੋਈ ਬ੍ਰਹਮ ਗਿਆਨੀ ਸੰਤ ਨਹੀਂ ਹੋ, ਤੁਹਾਡੇ ਕਈ ਫੈਸਲੇ ਗਲਤ ਵੀ ਹੋਏ ਹੋਣਗੇ, ਸਹੀ ਵੀ ਹੋਏ ਹੋਣਗੇ। ਮੌਜੂਦਾ DG, ਮੌਜੂਦਾ ਗਵਰਨਮੈਂਟ, ਮੌਜੂਦਾ ਸਰਕਾਰ ਨੂੰ ਤੁਸੀਂ ਕਿਸ ਲਹਿਜ਼ੇ ਨਾਲ ਐਕਸਪਲੇਨ ਕਰਨਾ ਚਾਹੁੰਦੇ ਹੋ, ਆਪਣੇ ਤਜਰਬੇ ਦੇ ਨਾਲ ਕਿਸ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ? ਦੇਖੋ, ਇਲੈਕਸ਼ਨ ਦੇ ਦਿਨ ਨੇ, ਮੈਂ ਸਿਰਫ ਇੰਨਾ ਕਹਿ ਸਕਦਾ ਕਿ ਪ੍ਰੈਜ਼ੈਂਟ DG ਸਾਹਿਬ ਬੜੇ ਤਜਰਬੇਕਾਰ, ਬੜੇ ਪ੍ਰੈਕਟੀਕਲ, ਪ੍ਰੋਐਕਟਿਵ ਅਪਰੋਚ ਰੱਖ ਕੇ, ਅਤੇ ਹਰ ਕੁਛ ਇਹਨਾਂ ਦੀ ਗ੍ਰਿਫਤ 'ਚ ਹੁੰਦਾ ਆ, ਇਹਨਾਂ ਨੂੰ ਨੌਲੇਜ ਹੁੰਦੀ ਹੈ ਕੀ ਹੋ ਰਿਹਾ।
ਇੰਨੀ ਨਿਸ਼ਚੈ ਨਾਲ, ਇੰਨੀ ਮਨ ਲਗਾ ਕੇ, ਇੰਨਾ ਪ੍ਰੋਐਕਟਿਵ ਅਪਰੋਚ ਨਾਲ ਹਰ ਇੱਕ ਚੀਜ਼ ਚੰਗੇ 'ਚ ਰੱਖ ਕੇ ਡਿਊਟੀ ਕਰਨੀ ਬਹੁਤ